ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੀਆਂ ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਸਵਾਲ ਪੁੱਛੇ ਜਾਣ ਤੇ ਉਹਨਾਂ ਨੇ ਨੌਜਵਾਨ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਅਸਲ 'ਚ ਸੰਗਰੂਰ ਦੇ ਪਿੰਡ ਬੁਸ਼ਹਿਰਾ ਦੇ ਵਿੱਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਲਈ ਭੱਠਲ ਪ੍ਰਚਾਰ ਕਰਨ ਪਹੁੰਚੇ ਹੋਏ ਸੀ ਕਿ ਇਸੇ ਦੌਰਾਨ ਇੱਕ ਨੌਜਵਾਨ ਨੇ ਰਜਿੰਦਰ ਕੌਰ ਭੱਠਲ ਦੇ ਕੋਲੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਜਦਕਿ ਉਹਨਾਂ ਦੇ ਸਮਰਥਕਾਂ ਨੇ ਉਸ ਨੌਜਵਾਨ ਨੂੰ ਰੋਕਿਆ ਤੇ ਜਦੋਂ ਨੌਜਵਾਨ ਨਾ ਰੁਕਿਆ ਤਾਂ ਬੀਬੀ ਭੱਠਲ ਦਾ ਪਾਰਾ ਚੜ ਗਿਆ ਤੇ ਉਹਨਾਂ ਭਰੇ ਇਕੱਠ ਦੇ ਵਿੱਚ ਨੌਜਵਾਨ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਬਾਅਦ ਨੌਜਵਾਨ ਨੇ ਮੁਰਦਾਬਾਦ ਦੇ ਨਾਰੇ ਵੀ ਲਗਾਏ। ਮੁਰਦਾ ਲੈਣਾ ਹੈ, ਤੁਸੀਂ ਪੁੱਛੋ, ਗੱਲ ਵੀ ਨਹੀਂ ਕਰ ਸਕਦਾ ਇੱਕ ਆਮ ਬੰਦਾ। ਮੁਰਦਾਬਾਦ ਇਹ ਮੈਂ ਕੀ ਹੈ। ਨੌਜਵਾਨ ਬੀਬੀ ਭੱਠਲ ਦੇ ਕੋਲੋਂ ਪੁੱਛਣਾ ਕੀ ਚਾਹੁੰਦਾ ਸੀ ਅਤੇ ਉਸ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਗਿਆ ਉਹ ਵੀ ਸੁਣ ਲਓ। ਬੀਬੀ ਰਜਿੰਦਰ ਕੌਰ ਭੱਠਲ ਸਟੇਜ ਤੋਂ ਉੱਤਰ ਲੱਗੀ ਹੋਈ ਸੀਗੀ, ਮੈਂ ਉਹਨਾਂ ਨੂੰ ਗੱਲ ਕਰਨ ਦੇ ਲਈ ਰੋਕਿਆ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਬੀਬੀ ਜੀ ਮੈਂ ਇੱਕ ਦੋ ਕੁਐਸਚਨ ਪੁੱਛਣਾ, ਤੁਸੀਂ ਉਹਨਾਂ ਦਾ ਜਵਾਬ ਦਿਓ। ਉਹਨਾਂ ਨੇ ਕੋਈ ਸਵਾਲ ਨਹੀਂ ਸੁਣਿਆ, ਸਿੰਪਲੀ ਗੱਲ ਕਿਹਾ ਕਿ ਮੈਂ ਜਾਣਦੀ ਹਾਂ ਜੋ ਤੂੰ ਹੈਗਾ, ਜੋ ਤੇਰੇ ਨਾਲ ਨੇ, ਜੋ ਵੀ ਤੇਰੀ ਬੈਕਗਰਾਊਂਡ ਆ, ਮੈਂ ਸਭ ਕੁਝ ਜਾਣਦੀ। ਮੈਂ ਉਹਨਾਂ ਨੇ ਕਿਹਾ ਚਲੋ ਠੀਕ ਹੈ, ਤੁਸੀਂ ਜਾਣਦੇ ਹੋ, ਬਹੁਤ ਅੱਛੀ ਗੱਲ ਹੈ, ਬਟ ਮੇਰੇ ਸਵਾਲਾਂ ਦਾ ਜਵਾਬ ਦਿਓ। ਬਟ ਉਹਨਾਂ ਨੇ ਇਸ ਗੱਲ ਇਹ ਗੱਲ ਕਹਿਣ ਤੋਂ ਬਾਅਦ ਨਾਲ ਦੇ ਨਾਲ ਮੇਰੇ ਵੱਲ ਹੱਥ ਚੁੱਕਿਆ, ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਥੱਪੜ ਮੇਰੀ ਬਾਂਹ 'ਤੇ ਵੱਜਿਆ, ਮੈਂ ਨਾਲ ਦੇ ਨਾਲ ਉਹਨਾਂ ਦੇ ਹੱਥ ਫੜ ਲਿਆ ਸੀਗਾ ਕਿ ਮੂੰਹ 'ਤੇ ਨਾ ਵੱਜੇ। ਉਸ ਦੇ ਨਾਲ ਹੀ ਜਿਹੜੇ ਉੱਥੇ ਗਨਮੈਨ ਸੀਗੇ, ਇੱਕ ਗਨਮੈਨ ਨੇ ਆਪਣੀ ਗਨ ਦਾ ਪੁਆਇੰਟ ਮੇਰੇ ਵੱਲ ਕੀਤਾ। ਨਾਲ ਦੇ ਨਾਲ ਉਹਦੇ ਨਾਲ ਦੋ ਤਿੰਨ ਵਰਕਰ ਸੀਗੇ, ਉਹਨਾਂ ਵਰਕਰਸ ਨੇ ਮੈਨੂੰ ਖਿੱਚਤੂ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨੌਜਵਾਨ ਦੀ ਬਾਂਹ 'ਤੇ ਥੱਪੜ ਮਾਰਨ ਦੇ ਬਾਅਦ ਬੀਬੀ ਭੱਠਲ ਤਾਂ ਰੈਲੀ 'ਚੋਂ ਚਲੇ ਗਏ, ਪਰ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਜ਼ਰੂਰ ਹੋ ਗਈ ਹੈ। ਸੰਗਰੂਰ ਤੋਂ ਸਪਨ ਦਈਆ ਦੀ ਰਿਪੋਰਟ।